ਜੈ ਡੋਗਰੀ। ਅੱਜ ਇਸ ਨਵੀਂ ਡੋਗਰੀ ਸੰਸਥਾ ਦੇ ਸਦੱਸਿਆ ਇੱਥੇ ਇਕੱਠੇ ਹੋਏ ਦੇ ਹਾਂ ਕੁਛ ਮਹੱਤਵਪੂਰਨ ਵਿਸ਼ੇ ਉੱਪਰ ਡਿਸਕਸ ਕਰਨ ਵਾਸਤੇ। ਮੈਂ ਸਾਰਿਆਂ ਕੋਲੋਂ ਪਹਿਲੇ ਤੁਹਾਡੀ ਇੰਟਰੋਡਕਸ਼ਨ ਕਰਾਉਂਦੀ ਹਾਂ। ਮੇਰੇ ਕੰਨੇ ਬੈਠੇ ਦੇ ਨੇ ਪ੍ਰੈਜੀਡੈਂਟ ਨਵੀਂ ਡੋਗਰੀ ਸੰਸਥਾ ਸ਼੍ਰੀ ਹਰੀਸ਼ ਕੈਲਾ, ਡੋਗਰਾ ਹਰੀਸ਼ ਕੈਲਾ। ਉਹਦੇ ਕੰਨੇ ਜਨਰਲ ਸੈਕਟਰੀ ਸਾਡੀ ਨਵੀਂ ਡੋਗਰੀ ਸੰਸਥਾ ਦੇ, ਬੜੇ ਮਸ਼ਹੂਰ ਕੰਪੋਜ਼ਰ, ਰਾਈਟਰ, ਪੋਏਟ ਸ਼੍ਰੀ ਯਸ਼ਪਾਲ ਯਸ਼ ਜੀ। ਔਰ ਅੱਗੇ ਬੈਠੇ ਦੇ ਨੇ ਸਾਡੇ ਕਨਵੀਨਰ ਨਵੀਂ ਡੋਗਰੀ ਸੰਸਥਾ, ਮਸ਼ਹੂਰ ਕਵੀ, ਲੇਖਕ ਔਰ ਬਹੁਤ ਹੀ ਅੱਛੇ ਔਰ ਵਿਦਵਾਨ ਇਨਸਾਨ, ਜਿਹੜੇ ਆਰਮੀ 'ਚ ਜਿਹਨੇ ਸ਼ੋਰਟ ਸਰਵਿਸ ਕਮਿਸ਼ਨ 'ਚ ਕੰਮ ਕੀਤਾ ਔਰ ਉਹਦੇ ਬਾਅਦ ਇੰਡੀਅਨ ਫੋਰੈਸਟ ਸਰਵਿਸ 'ਚ ਕਾਫੀ ਉੱਚ ਪਦ ਉੱਪਰ ਆਏ, ਰਿਟਾਇਰ ਹੋਏ ਨੇ ਔਰ ਅੱਜ ਸਾਰਾ ਗੈ ਆਪਣਾ ਜਿਹੜਾ ਸਮੇਂ ਹੈ ਸਾਡੀ ਨਵੀਂ ਡੋਗਰੀ ਸੰਸਥਾ ਦੀ ਔਰ ਖੂਬਸੂਰਤ ਬਣਾਉਣ 'ਚ ਲਗਾ ਦੇਣ। ਮੈਂ ਅੱਜ ਫੇਸਬੁੱਕ ਉੱਪਰ, ਵਟਸਐਪ ਉੱਪਰ, ਸਾਰੇ ਉੱਪਰ ਦਿਖਾ ਰਹੀ ਕਿ ਸਾਰੇ ਫਾਦਰਸ ਡੇ, ਫਾਦਰਸ ਡੇ, ਹੈਪੀ ਫਾਦਰਸ ਡੇ ਵਿਸ਼ ਕੀਤੇ ਦਾ। ਅੱਛੀ ਗੱਲ ਹੈ, ਪਰ ਦੋ ਦਿਨ ਪਹਿਲੇ ਜਿਹੜੇ ਧਰਮ ਦਿਹਾੜਾ ਹਾ 14 ਤਰੀਕ, ਮੈਂ ਨਹੀਂ ਦੇਖਿਆ ਸਾਡੇ ਜੰਮੂ ਦੇ ਯੰਗ ਲੋਕਾਂ ਧਰਮ ਦਿਹਾੜਾ ਵਿਸ਼ ਕਰਨ ਕੀਤਾ ਹੋਵੇ, ਬੜੇ ਘੱਟ ਲੋਕਾਂ ਕੀਤਾ ਹੋਵੇ। ਔਰ ਇਹੋ ਕੁਛ ਗੱਲਾਂ ਕਰਦੇ, ਸੋਚ ਵਿਚਾਰ ਕਰਦੇ, ਅਸੀਂ ਹੀ ਲੱਗਿਆ ਕਿ ਅਸ ਇਸ ਵਿਸ਼ੇ ਉੱਪਰ ਸੋਚ 'ਚ ਹੈ ਔਰ ਸ਼ੋਧ ਕਰ 'ਚ ਹੈ ਕਿ ਸਾਡੇ ਜਿਹੜੇ ਬੱਚੇ ਨੇ, ਸਾਡੇ ਨਵੇਂ ਬੱਚੇ, ਸਾਡੇ ਯੰਗ ਡੋਗਰੀ ਬੱਚੇ, ਉਹ ਆਪਣੇ ਤਿਉਹਾਰਾਂ ਬਾਰੇ 'ਚ ਕਿੰਨਾ ਜਾਣਦੇ ਨੇ। ਅਤੇ ਇਸ ਵਿਸ਼ੇ ਹੀ ਲਈਏ ਅਸ ਅੱਜ ਸਾਰੇ ਇੱਥੇ ਇਕੱਠੇ ਹੋਏ ਹਾਂ। ਔਰ ਸਭ ਨੇ ਸ਼ਾ ਪਹਿਲੇ ਮੈਂ ਆਪਣੇ ਕਨਵੀਨਰ ਸ਼੍ਰੀ ਲਲਿਤ ਸ਼ਰਮਾ ਹੋਰੇ ਗੀ ਪੁੱਛਗੀ ਕਿ ਉਹਦੇ ਕੀ ਵਿਚਾਰ ਨੇ, ਸਾਡੇ ਬੱਚੇ ਅੱਜ ਕਿਉਂ ਇਤਨਾ ਕੰਮ ਜਾਣਦੇ ਨੇ। ਉਹਨੇ ਲੱਗਦਾ ਹੈ ਕਿ ਇੱਕ ਛਬੀਲ ਲੱਗੀ ਹੋਈ ਹੈ, ਅੱਜ ਲੰਗਰ ਲੱਗੇ ਦਾ ਹੈ, ਛਬੀਲ ਪਿਲਾ, ਪਾਣੀ ਪਿਲਾ ਦੇਣ, ਅਤੇ ਇਹ ਧਰਮ ਦਿਹਾੜਾ ਹੈ। ਪਰ ਇਹਦੇ ਵਿੱਚ ਜਿਹੜਾ ਇਹਦਾ ਪੁਰਾਣੀ ਜਿਹੜੀ ਗਾਥਾ ਹੈ, ਜਿਹੜਾ ਸਾਡੇ ਧਰਮ ਦਿਹਾੜੇ ਦਾ ਪੂਰਾ ਇੱਕ ਹਿਸਟਰੀ ਹੈ, ਉਹ ਸਾਡੇ ਬੱਚੇ ਕੀ ਨਹੀਂ ਪਤਾ। ਔਰ ਮੈਂ ਕੈਪਟਨ ਸਾਹਿਬ ਕੀ ਰਿਕੁਐਸਟ ਕਰਨੀ ਆ ਕਿ ਤੁਸੀਂ ਪਲੀਜ਼ ਰੋਸ਼ਨੀ ਪਾਓ ਔਰ ਦੱਸੋ ਧਰਮ ਦਿਹਾੜੇ ਦੇ ਬਾਰੇ 'ਚ, ਔਰ ਸਾਡੇ ਬੱਚੇ ਉਹਦੇ ਵਾਸਤੇ ਦੱਸੋ ਕਿ ਉਹਨੇ ਥੋੜ੍ਹਾ ਨੌਲੇਜ ਆਵੇ ਇਹਦੇ ਬਾਰੇ 'ਚ। ਧਰਮ ਦਿਹਾੜਾ ਜਿਸ ਅਸੀਂ ਧੰਦੇ ਵੀ ਆਖਦੇ ਹਾਂ, ਇਹ ਡੁੱਗਰ ਦਾ ਇੱਕ ਜਨਮਾਨਸ ਕੰਨੇ ਜੁੜੇ ਦਾ ਪਰਵ ਹੈ, ਤਿਉਹਾਰ ਹੈ। ਔਰ ਮੇਰੇ ਇੱਕ ਪੁਨਸ਼ਾਨੂ ਪੰਡਿਤ ਜੀ, ਪੰਡਿਤ ਜੈ ਗੋਪਾਲ, ਉਹਦੇ ਕੰਨੇ ਗੱਲ ਹੋਇਆ ਕਰਦੀ ਸੀ, ਤਾਂ ਉਹ ਆਖਿਆ ਕਰਦੇ ਹੈ ਕਿ ਸਾਡੇ ਡੁੱਗਰ ਵਿੱਚ, ਜੰਮੂ ਖੰਡ 'ਚ ਜਿਹੜਾ ਡੋਗਰੀ ਵਿਧੀ ਸਾਹਿਤ ਹੈ, ਉਸ ਤਰੀਕੇ ਕੰਨੇ ਕਰਮਕਾਂਡ ਦਾ ਸਿਲਸਿਲਾ ਚੱਲਦਾ ਹੈ ਸਨਾਤਨ ਧਰਮ ਦੇ ਵਿੱਚ। ਔਰ ਸ਼ੁਕਲ ਯਜੁਰਵੇਦ ਸੰਹਿਤਾ ਜਿਹੜੀ ਹੈ ਉਸਦੇ ਮੁਤਾਬਕ ਅਸੀਂ ਇੱਥੇ ਆਪਣੀ ਜਿਹੜੀ ਪੂਜਾ ਵਿਧੀ ਹੈ, ਕਰਮਕਾਂਡ ਹੈ, ਉਹ ਕਰਨੀ। ਧੰਦੇ ਹਾੜ ਮਹੀਨੇ ਦੀ ਜਿਹੜੀ ਸੰਗਰਾਂਦ ਹੁੰਦੀ ਹੈ, ਸੰਗਰਾਂਦ ਅਸੀਂ ਆਉਂਦੇ ਹਾਂ 1 ਤਰੀਕ ਦੇਸੀ ਮਹੀਨੇ ਦੀ, ਅਤੇ ਉਸ ਦਿਨ ਧੰਦੇ ਦਾ ਤਿਉਹਾਰ ਜਿਹੜਾ ਹੈ, ਪਰਬ ਜਿਹੜਾ ਹੈ, ਇਹ ਆਉਂਦਾ। ਅਗਰ ਅਸੀਂ ਇਸੀ ਦੇਖਿਆ ਤਾਂ ਮੇਰੇ ਖਿਆਲ 'ਚ ਇਹਦੇ ਤਿੰਨ ਪੱਖ ਹੋ ਸਕਦੇ ਨੇ। ਇੱਕ ਪੱਖ ਪਿਤਰ ਨਿਵਿਤ ਹੈ, ਪਿਤਰਿਆਂ ਦੇ ਪ੍ਰਤੀ ਅਰਪਿਤ ਹੈ, ਔਰ ਦੂਆ ਇਹਦੇ ਧੀ ਧਿਆਨਿਆਂ ਦਾ ਪਰਬ ਹੈ, ਅਤੇ ਤ੍ਰੀਆ ਪੱਖ ਇਹਦਾ ਜਿਹੜਾ ਹੈ ਉਹ ਮੌਸਮੀ ਪੱਖ ਅਸੀਂ ਆ ਕੇ ਸਕਦੇ।
ਅਗਰ ਅਸੀਂ ਪਿੱਤਰ ਨਮਿੱਤ ਦੀ ਗੱਲ ਕਰਚੇ ਤਾਂ ਇਹ ਪਿੱਤਰਿਆਂ ਦਾ ਤਿਉਹਾਰ ਹੈ। ਇੱਕ ਦਿਨ ਮਖਸੂਸ ਖਾਸ ਰੱਖਿਆ ਹੋਇਆ ਡੋਗਰਾ ਕਿ ਆਪਣੇ ਪਿੱਤਰਿਆਂ ਦੀ ਯਾਦ ਕਰਦੇ ਇਹਨਾਂ ਆਪਣੇ ਕਰਮੇ ਤੋਂ ਵਿਝੇ ਜਾਂਦੇ ਲੋਕ ਨਹੀਂ ਸਮੇਂ ਮਿਲਦਾ ਲੇਕਿਨ ਉਹਨੇ ਕੀ ਯਾਦ ਕਰਨ ਦਾ ਇੱਕ ਪਰਬ ਹੈ। ਔਰ ਕਈ ਲੋਕਾਂ ਕੀ ਅਸੀਂ ਸੁਣਿਆ ਹੋਣਾ ਆਖਦੇ ਹਨ ਕਿ ਪਿੱਤਰ ਦੋਸ਼ ਹੈ ਜੀ, ਇਹਦੇ ਘਰ 'ਚ ਬਰਕਤ ਵਾਧਾ ਨਹੀਂ ਹੈ ਜੀ, ਪਿੱਤਰੇ ਦੀ ਪੂਰੀ ਆਸ਼ੀਰਵਾਦ ਨਹੀਂ ਹੈ ਜੀ। ਤੋ ਇਸ ਦਿਨ ਅਸੀਂ ਪਿੱਤਰੇ ਕੀ ਮਨਾਉਂਦੇ ਹਾਂ, ਉਹਨੇ ਕੀ ਉਹਦੇ ਅੱਗੇ ਨਤਮਸਤਕ ਹੁੰਦੇ ਹਾਂ ਔਰ ਆਪਣੀ ਸ਼ਮਾ ਜਾਚਣਾ ਉਹ ਮੰਗਦੇ ਹਾਂ, ਉਹਨੇ ਕੀ ਯਾਦ ਵੀ ਕਰਨੇ ਹਾਂ। ਅਗਰ ਉਹਦਾ ਨਹੀਂ ਕੋਈ ਦੋਸ਼ ਹੈ ਤਾਂ ਵੀ ਉਹਨੇ ਯਾਦ ਕਰਨੇ ਹਾਂ ਕਿ ਅੱਗੇ ਵੀ ਆਸ਼ੀਰਵਾਦ ਬਣਾਏ ਰੱਖਣ। ਔਰ ਇਹਦੇ ਉੱਪਰ ਪਾਰੰਪਰਿਕ ਤੌਰ ਉੱਪਰ ਚਾਰ ਘੜੇ ਜਿਹੜੇ ਨਾ ਉਹ ਅਸੀਂ ਉਹਨੇ ਕੀ ਦਾਨ ਕਰਨੇ ਹਾਂ, ਉਹਨੇ ਕੀ ਮਨਸਨੇ ਹਾਂ ਜੀ, ਡੋਗਰੀ ਚਾਰ ਨੇ। ਇੱਕ ਘੜਾ ਪਿਤਾ ਜੀ ਅਗਰ ਨਹੀਂ ਹੈ ਤਾਂ ਪਿਤਾ ਜੀ ਮਾਤਾ ਜੀ ਦਾ, ਇੱਕ ਦਾਦਾ ਜੀ ਦਾ ਅਗਰ ਨਹੀਂ ਹੈ ਤਾਂ, ਔਰ ਇੱਕ ਪੜਦਾਦਾ ਜੀ ਦਾ ਘੜੇ। ਗਲਮੇ ਜਿਹੜੇ ਨਾ ਉਹਦੇ ਵਿੱਚ ਜਿਹੜਾ ਅਸੀਂ ਧਾਗਾ ਬੰਨੇ ਆ ਉਹ ਸੂਤਰ ਦਾ ਸਫੇਦ ਧਾਗਾ ਬੰਨਿਆ, ਉਹ ਖਮਣੀ ਨਹੀਂ ਬਲਦੀ ਹੈ ਇਹਦੇ ਉੱਪਰ। ਔਰ ਫਿਰ ਜਿਹੜੇ ਮੌਸਮੀ ਫਲ ਨੇ ਜੀਆਂ ਕੱਕੜੀਆਂ ਨੇ ਜਾਂ ਖਰਬੂਜਿਆਂ ਨੇ ਜਾਂ ਅੰਬ ਨੇ, ਕਿਉਂਕਿ ਅੱਜ ਦੇ ਦਿਨ ਅੰਬਿਆਂ ਦੀ ਵੀ ਟਪਾਕਾ ਲੱਗਦਾ ਹੈ, ਪੱਕਣਾ ਸ਼ੁਰੂ ਹੋ ਜਾਂਦੇ ਨੇ ਸਾਡੇ ਦੇਸੀ ਅੰਬ, ਉਹ ਸਾਡੀ ਸੰਸਕ੍ਰਿਤੀ ਕਿੰਨਾ ਜੁੜਦੇ ਨੇ ਉਹ ਵੱਖਰੀ ਗੱਲ ਹੈ ਇੱਕ ਤੋ ਉਹ। ਔਰ ਫਿਰ ਅਸੀਂ ਚੁੱਲ੍ਹੀ 'ਚ ਪਾਣੀ ਲਈਏ ਉਸ ਉਹਨੇ ਘੜਿਆਂ ਦੇ ਇਰਦ ਗਿਰਦ ਫੇਰਨੇ ਆ ਔਰ ਛਿੱਟੂ ਕਰਾਉਂਦੇ ਹਾਂ ਔਰ ਆਪਣੇ ਪਿੱਤਰੇ ਕੀ ਯਾਦ ਕਰਨੇ ਆ। ਪੱਖੀ ਵੀ ਦਿੰਦੇ ਹਾਂ, ਹਾਂਜੀ ਪੱਖੀ ਵੀ ਦਿੰਦੇ ਹਾਂ ਕਿ ਗਰਮੀ ਦਾ ਮੌਸਮ ਹੈ ਉਹ ਵੀ ਅਸੀਂ ਮਨਸਨੇ ਹਾਂ। ਔਰ ਇੱਕ ਛਿੱਟੂ ਕਰਾਉਂਦੇ ਹਾਂ ਔਰ ਅਸੀਂ ਆਪਣੇ ਪਿੱਤਰੇ ਅੱਗੇ ਪ੍ਰਾਰਥਨਾ ਕਰਨੇ ਹਾਂ, ਪੂਜਾ ਕਰਨੇ ਹਾਂ ਕਿ ਅਸੀਂ ਕੀ ਛਿੱਟੂ ਠੰਡਾ ਹੀ ਕਰਾਇਓ, ਸਾਰੇ ਘਰ ਸੁੱਖ ਸ਼ਾਂਤੀ ਵਰਤਿਓ ਔਰ ਆਪਣੀ ਜਿਹੜੀ ਤੁਹਾਡੀ ਆਸ਼ੀਰਵਾਦ ਹੈ ਉਹ ਸਾਡੇ ਬਣਾਏ ਰੱਖਿਓ। ਅਗਰ ਸਾਡੇ ਕੋਲ ਕੋਈ ਗਲਤੀ ਹੋਈ ਇਹਦੀ ਹੈ ਤੁਸੀਂ ਮਾਫ਼ ਕਰਿਓ। ਇਸ ਤਰੀਕੇ ਕਨੇ ਇਹ ਪਰਬ ਜਿਹੜਾ ਹੈ ਉਹ ਮਨਾਇਆ ਜਾਂਦਾ ਵਿਧੀਵਤ ਤਰੀਕੇ ਕਨੇ। ਕੋਈ ਇੱਕ ਗੱਲ ਹੁਣ ਇਹਦਾ ਅਗਰ ਅਸੀਂ ਧੀ ਧਿਆਣਿਆਂ ਦਾ ਪੱਖ ਦੇਖਿਆ ਤੋ ਇਹਦੇ 'ਚ ਕੀ ਹੁੰਦਾ ਹੈ ਕਿ ਜਿਹੜੀਆਂ ਸਾਡੀਆਂ ਧੀਆਂ ਵਿਹੋਦੀਆਂ ਨੇ ਹੈ ਉਹਨੇ ਵੀ ਅਸੀਂ ਜਿਹੜਾ ਸਾਡੇ ਦਮਾਦ ਨੇ ਔਰ ਧੀ ਹੈ ਬੱਚੇ ਨੇ ਉਹਨੇ ਵੀ ਅਸੀਂ ਬੁਲਾਉਣੇ ਔਰ ਉਹਨੇ ਕੀ ਜਿਹੜੇ ਸਾਡੇ ਮੌਸਮੀ ਪਕਵਾਨ ਜਿਵੇਂ ਖਮੀਰੇ ਇਸ ਵੇਲੇ ਬਣਦੇ ਨੇ, ਛੱਛੇ ਛੱਛਾ ਮੱਕੜੀਆਂ ਦਾ ਜਾਂ ਮਾਣੀ ਹੈ ਹੈਂ, ਔਰ ਇਸ ਤਰੀਕੇ ਦੇ ਵਿਅੰਜਨ ਜਿਹੜੇ ਡੁੱਗਰ ਦੇ ਨੇ ਅੱਛੇ ਸ਼ਹਿਰ ਬਣਾਈਏ ਉਹਨੇ ਖਿਲਾਉਂਦੇ ਹਾਂ ਔਰ ਉਹਨੇ ਕੀ ਇਹ ਮੌਸਮੀ ਫਲ ਅੰਬ ਹੋਈਏ ਖਰਬੂਜੀ ਹੋਈਏ ਕੱਕੜੀਆਂ ਹੋਈਆਂ ਇਹ ਵੀ ਖਿਲਾਉਂਦੇ ਹਾਂ, ਉਹਦੀ ਆਓ ਭਗਤ ਕਰਦੇ ਹਾਂ। ਔਰ ਇੱਕ ਅਸੀਂ ਕੀ ਉਹਨੇ ਕੀ ਅਹਿਸਾਸ ਦਿਲਾਉਂਦੇ ਹਾਂ ਕਿ ਬੇਸ਼ੱਕ ਤੁਹਾਡਾ ਵਿਆਹ ਹੋਈ ਦਾ, ਤੁਹਾਡਾ ਗੋਤਰ ਬਦਲੀਏ ਦਾ, ਤੁਹਾਡਾ ਕੁਲ ਬਦਲੀਏ ਦਾ, ਲੇਕਿਨ ਤੁਸੀਂ ਇੱਥੇ ਸਮੇਂ ਦਿੱਤੇ ਦਾ ਸਾਰੇ ਘਰ 'ਚ ਇਸ ਘਰ ਦੇ ਉਠਾਉਣ ਵਾਸਤੇ ਇਸੀ ਬਣਾਉਣ ਵਾਸਤੇ ਤੁਹਾਡਾ ਯੋਗਦਾਨ ਹੈ ਔਰ ਇਹ ਤੁਹਾਡੀ ਤੁਹਾਡੀਆਂ ਪੌੜਾਂ ਨੇ ਜੜ੍ਹਾਂ ਨੇ ਜੜ੍ਹ ਇੱਥੇ ਹੈ ਔਰ ਤੁਸੀਂ ਸੁਖੀ ਵਸੋ, ਲੇਕਿਨ ਤੁਸੀਂ ਅਸੀਂ ਅੱਜ ਵੀ ਤੁਸੀਂ ਆਪਣਾ ਹਿੱਸਾ ਸਮਝਦੇ ਹਾਂ ਅਤੇ ਉਹਨੇ ਕੀ ਜ਼ੁਰਮਾਨ ਦਿੱਤਾ ਜਾਂਦਾ ਕੁੜੀ ਕੀ ਔਰ ਜੁਆਈ ਕੀ। ਔਰ ਜਿਹੜੀਆਂ ਵਿਹੋਦੀਆਂ ਨਹੀਂ ਹਨ ਕੁੜੀਆਂ ਕੁਆਰੀਆਂ ਨੇ ਜਿਹੀਆਂ ਅਸੀਂ ਆਉਂਦੇ ਹਾਂ ਡੋਗਰੀ 'ਚ, ਉਹ ਇਸ ਦਿਨ ਰਾੜੇ ਗਾਉਂਦੀਆਂ ਨੇ।
ਉਹ ਜਿਹੜੇ ਘੜੇ ਹੁੰਦੇ ਨਾ ਉਹਦੇ ਜਿਹੜੇ ਗਲਮੇ ਹੁੰਦੇ ਨਾ ਘੜਾ ਭੱਜੀ ਜਾਂਦਾ। ਮੈਂ ਤੁਸੀਂ ਇਹ ਦੱਸਾਂ ਕਿ ਤੁਸੀਂ ਗੱਲ ਕਰੀਏ, ਦੇਖੋ ਸਾਡਾ ਜਿਹੜਾ ਯੂਥ ਹੈ, ਸਾਡੀਆਂ ਜਿਹੜੀਆਂ ਕੁੜੀਆਂ ਨੇ ਇਸ ਲਈ ਜਵਾਨ, ਬੜੇ ਘੱਟ ਕੁੜੀਆਂ ਕੀ ਪਤਾ ਰਾੜੇ ਦੇ ਬਾਰੇ ਵਿੱਚ, ਕਿਉਂ ਪ੍ਰਚਲਿਤ ਨਹੀਂ ਹੋਇਆ? ਉਹ ਇਸ ਵਾਸਤੇ ਨਹੀਂ ਹੋਇਆ ਕਿ ਕਮੀ ਪਰਿਵਾਰਾਂ 'ਚ ਹੈ, ਮਾਂ ਪਿਓ 'ਚ ਵੀ ਕਮੀ ਹੈ। ਹੋਰ ਉਹਦੇ ਰਾਹੀਂ ਗੱਲ ਕਰਦੇ ਹਾਂ, ਪਹਿਲਾਂ ਮੈਂ ਇਹ ਗੱਲ ਕਰੀ ਲਾਂ। ਤੋ ਉਹ ਕੀ ਕਰਦੀਆਂ ਨੇ ਕਿ ਮਹੱਲੇ ਦੀਆਂ ਕੁੜੀਆਂ ਇਕੱਠੀ ਹੋਈ ਹੈ, ਇੱਕ ਥਾਰ ਰਾੜੇ ਰਾਂਦੀ ਨੇ। ਰਾੜੇ ਆਉਂਦੇ ਆ ਗਲਮੇ, ਜਿਹੜਾ ਵੱਡਾ ਗਲਮਾ ਹੁੰਦਾ ਹੈ ਉਸੀ ਗਮ ਰਾੜਾ ਜਾਂ ਧਮਾ ਰਾੜਾ ਆਖਦੇ ਹਾਂ, ਉਸੀ ਵਿੱਚ ਰਾਂਦੇ ਹਾਂ। ਔਰ ਉਹਦੇ ਇਰਦ ਗਿਰਦ ਨਿੱਕੇ ਨਿੱਕੇ ਰਾੜੇ ਰਾਂਦੇ ਹਾਂ, ਔਰ ਉਹਦੇ ਬਾਅਦ 'ਚ ਕੁੜੀਆਂ ਲਿੰਬੀ ਉੱਡਦੀਆਂ ਨੇ ਤਾਂ ਕਿ ਮਿੱਟੀ ਕੰਨੇ ਮਰਜ ਹੋਈ ਆ, ਉਹ ਜਿਹੜੇ ਰਾੜੇ ਨੇ ਉਹਦੇ ਕੰਨੇ ਪੱਕੇ ਤੌਰ ਉੱਪਰ ਖੰਨਾ ਹੋਈ ਆ, ਫਿਰ ਉਹਦੇ 'ਚ ਮਿੱਟੀ ਪਾਈ ਹੈ ਗਲਮੇ ਵਿੱਚ, ਜਿਹੜੇ ਖਰੀਫ ਫਸਲ ਜਿਹੜੀ ਹੁਣ ਰਾਣੀ ਹੈ ਅੱਗੇ ਉਹਦੀ ਉਹਦੇ ਬੀਜ ਰਾਂਦੇ ਹਾਂ। ਉਹਦੇ 'ਚ ਜਿਵੇਂ ਮੱਕੀ ਹੈ, ਤਿਲ ਹੈ ਜਾਂ ਦਾਲਾਂ ਨੇ, ਉਹਦੇ ਬੀਜ ਰਾਂਦੇ ਹਾਂ। ਔਰ ਇਹ ਵੀ ਤੁਸੀਂ ਆਖ ਹੀ ਸਕਦੇ ਹੋ ਕਿ ਇਹਦੇ ਕੰਨੇ ਇੱਕ ਪਰਿਆਵਰਨ ਕੰਨੇ ਜੁੜਨ ਦੀ ਗੱਲ ਹੈ, ਦੂਈ ਕਾਸ਼ਤ ਕੰਨੇ ਜੁੜਨ ਦੀ ਗੱਲ ਹੈ, ਤ੍ਰੀ ਬੀਜ ਜਿਹੜੇ ਨਾ ਉਹ ਦਿਖਣੇ ਦੀ ਗੱਲ ਹੈ, ਪਰਖਣੇ ਦੀ ਗੱਲ ਹੈ ਜਾਂ ਸੀਡ ਟੈਸਟਿੰਗ ਆਉਣੇ ਆ ਕਿ ਇਹ ਬੀਜ ਜਿਹੜੇ ਨਾ ਅਸੀਂ ਇਕੱਲੇ ਖੇਤਰਿਆਂ ਰਾਣੇ ਨੇ ਇਹ ਠੀਕ ਵੀ ਹੈ ਹੈ ਜਾਂ ਨਹੀਂ ਹੈ ਉਹ ਹੈ। ਅੱਛਾ, ਫਿਰ ਉਹਦੇ ਬਾਅਦ 'ਚ ਕੀ ਹੁੰਦਾ ਕਿ ਹਰ ਐਤਵਾਰ ਇਹਨੇ ਕੀ ਚਿੱਤਰਿਆ ਜਾਂਦਾ, ਔਰ ਜਿਹੜੇ ਕੁਦਰਤੀ ਰੰਗ ਨੇ, ਕੋਈ ਸੈਲੇ ਪੱਤਣੇ ਦੇ ਰੰਗ ਨੇ, ਫੁੱਲੇ ਦੇ ਰੰਗ ਨੇ, ਹਲਦੀ ਦਾ ਰੰਗ ਹੈ ਜਾਂ ਕੋਈ ਠਿਕਰੀਆਂ ਭੰਨੀਆਂ ਉਹਦਾ ਚੂਰਾ ਬਣਾਈ ਹੈ ਉਹ ਰੰਗ ਹੈ, ਤਾਂ ਉਹ ਉਹਨੇ ਰੰਗੇ ਕੰਨੇ ਨਹੀਂ ਚਿੱਤਰਿਆ ਜਾਂਦਾ, ਜਿਹਨੇ ਕਿ ਰੰਗੋਲੀ ਅਸੀਂ ਜਿਹੀਆਂ ਆਖਦੇ ਹਾਂ, ਤਾਂ ਉਹ 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 ਕੀਤਾ ਜਾਂਦਾ। ਫਿਰ ਉਸੇ ਦਿਨ ਸ਼ਾਮ ਵੇਲੇ ਕੁੜੀਆਂ ਇਕੱਠੀ ਹੋਈ ਹੈ ਤਾਂ ਭੋਜੜੀ ਬਣਾਉਂਦੀਆਂ, ਉਹ ਰੋਟੀ ਬਣਾਉਂਦੀਆਂ ਨੇ, ਔਰ ਉਹ ਫਿਰ ਬਈਆ ਖਾਂਦੀਆਂ ਨੇ, ਮੌਜ ਮਸਤੀ ਕਰਦੀਆਂ ਨੇ, ਉਹ ਔਰ ਇੱਕ ਦੂਏ ਕੰਨੇ ਖੇਡਦੀਆਂ ਨੇ, ਔਰ ਪੂਰਾ ਜਿਹੜਾ ਹੈ ਉਹ ਆਨੰਦਿਤ ਹੁੰਦੀਆਂ। ਤਾਂ ਅਸੀਂ ਦੇਖੋ ਇਹਦੇ ਕੰਨੇ ਕੀ ਕਰ ਰਹੇ ਨੇ, ਇੱਕ ਤਾਂ ਕਲਾ ਕੰਨੇ ਜੋੜੇ ਨੇ ਆ ਬੱਚੇ ਕੀ ਕਿ ਚਿੱਤਰਕਾਰੀ ਕੰਨੇ ਜੋੜੇ ਕਰਨੇ ਆ, ਇੱਕ ਬੁਨਿਆਦੀ ਗੱਲ ਹੈ ਇਹਦੇ ਕੰਨੇ ਅੱਗੇ ਉਹ ਵੀ ਹੋਰ ਚਿੱਤਰਕਾਰੀ ਚੀਜ਼ਾਂ ਹੀ ਸਕਦੀਆਂ ਨੇ। ਉਹਨੇ ਕੀ ਰਸੋਈ ਕੰਨੇ ਜੋੜੇ ਕਰਨੇ ਆ ਅਸੀਂ ਕਿ ਤੁਸੀਂ ਆਪੂ ਧਾਮ ਭੋਜੜੀ ਬਣਾਉਣੀਆਂ, ਨਿੱਕੀਆਂ ਕੁੜੀਆਂ ਹੁੰਦੀਆਂ ਨੇ ਤਾਂ ਉਹਨੇ ਕੀ ਇੱਕ ਇੱਕ ਉਹ ਮੌਕਾ ਮਿਲਦਾ ਹੈ, ਤ੍ਰੀਆ ਆਪੂ 'ਚ ਗੱਲਬਾਤ ਕਰਨ ਦਾ, ਖੇਡਣ ਦਾ। ਉਹ ਅੱਛਾ, ਫਿਰ ਸੰਗੀਤ ਕੰਨੇ ਜੋੜਦੇ ਹਾਂ, ਕਈ ਸਾਰੇ ਗੀਤ ਨੇ ਜਿਹੜੇ ਰੁੱਖ ਰਾੜੇ ਕੰਨੇ ਜੁੜਦੇ ਨੇ, ਉਹ ਕੁੜੀਆਂ ਗਾਉਂਦੀਆਂ ਨੇ। ਤੋ ਉਸ ਤਰੀਕੇ ਕੰਨੇ ਇਹ ਜਿਹੜਾ ਹੈ ਇਹ ਧੰਦੇ ਵਾਲਾ ਜਿਹੜਾ ਧੀ ਧਿਆਣੇ ਕੀ ਮਨਾਉਣੇ ਵਾਲੀ ਗੱਲ ਹੈ। ਉਹ ਤ੍ਰੀਆ ਆਈ ਆ ਮੌਸਮੀ ਪੱਖੀ ਦਾ। ਮੌਸਮੀ ਪੱਖ ਅਸੀਂ ਆਖ ਹੀ ਸਕਦੇ ਹਾਂ ਕਿ ਗਰਮੀ ਇਸ ਵੇਲੇ ਤਕਰੀਬਨ ਅਰੂਜ ਉੱਪਰ ਹੁੰਦੀ ਹੈ, ਬਹੁਤ ਜ਼ਿਆਦਾ ਗਰਮੀ ਹੁੰਦੀ ਹੈ, ਔਰ ਇਹਦੇ ਬਾਅਦ 'ਚ ਤਬਦੀਲੀ ਆਉਣਾ ਸ਼ੁਰੂ ਹੋ ਜਾਂਦੀ ਹੈ ਮੌਸਮ 'ਚ, ਬਰਸਾਤ ਹੋਰ 15 ਦਿਨਾਂ ਬਾਅਦ 20 ਦਿਨਾਂ ਬਾਅਦ ਸ਼ੁਰੂ ਹੋ ਜਾਂਦੀ ਹੈ। ਔਰ ਇਹ ਜਿਹੜੀ ਗਰਮੀ ਦਾ ਸਿਲਸਿਲਾ ਅਸੀਂ ਦੇਖਿਆ ਪਿਛਾ 1-2 ਮਹੀਨੇ ਧੰਦੇ ਕੋਲਾ ਪਹਿਲਾਂ, ਤੋ ਇਹ ਬੜਾ ਔਖਾ ਹੁੰਦਾ ਹੈ। ਇਹਦੇ 'ਚ ਸਾਡੇ ਕਿਸਾਨ ਗਾਹ ਕਰਦੇ ਨੇ ਪੂਰਾ ਪੂਰਾ ਦਿਨ, ਦਾਂਦ ਲਾਈਏ ਤਾਂ ਫਲਾਂ ਲਾਈਏ ਤਾਂ ਉਹ ਜਿਹੜੀ ਕਣਕ ਹੈ ਉਸੀ ਗਾਂਦੇ ਰਹਿੰਦੇ ਨੇ, ਔਰ ਪੂਰੀ ਪੂਰੀ ਧੁੱਪ ਬਰਾਂਦੇ ਨੇ, ਪੂਰਾ ਕੰਮ ਕਰਦੇ ਨੇ। ਔਰ ਇਹ ਇਹ ਜਿਹੜਾ ਇੱਕ ਤਾਂ ਮੌਸਮ ਦਾ ਬਦਲਾਅ ਦਾ ਪ੍ਰਤੀਕ ਹੈ ਧੰਦੇ, ਦੂਆ ਇਹ ਹੈ ਕਿ ਅਸੀਂ ਜਸ਼ਨ ਮਨਾਉਂਦੇ ਹਾਂ ਅਸੀਂ ਕਿ ਅਸੀਂ ਇਹ ਜਿਹੜੀ ਇਹਦੀ ਦੁਵਿਧਾ ਸੀ ਉਸੀ ਅਸੀਂ ਪਾਰ ਕਰ ਲਿਆ ਇਸ ਗਰਮੀ ਦੀ, ਅਸੀਂ ਮਜ਼ਬੂਤ ਹੋਈਏ ਨਿਕਲੇ ਹਾਂ ਅੱਗੇ।
ਔਰ ਅੱਗੇ ਵੀ ਅਸੀਂ ਜਿਹੜਾ ਹੈ ਠੀਕ ਤਰੀਕੇ ਕੰਨੇ ਮਜ਼ਬੂਤੀ ਕੰਨੇ ਚੱਲਣਾ ਹੈ ਔਰ ਇਸ ਗਰਮੀ ਕੀ ਸੈਲੀਬਰੇਟ ਕਰਨ ਦਾ ਇਹਦਾ ਜਸ਼ਨ ਮਨਾਉਣ ਦਾ ਪਰਬ ਹੈ ਤਾਂ ਅਸੀਂ ਛਬੀਲਾ ਲਾਉਂਦੇ ਹਾਂ ਤਾਂ ਅਸੀਂ ਮਿੱਠਾ ਪਾਣੀ ਪਿਲਾਉਂਦੇ ਹਾਂ ਔਰ ਸਾਰਾ ਇਹ ਕਰਨੇ ਹਾਂ ਇਹ ਤਾਂ ਹੋਈ ਧੰਦੇ ਦੀ ਗੱਲ ਹੁਣ ਇਹ 14 ਤਰੀਕ ਹੀ ਹੋਈ ਹੈ ਹੁਣ 18 ਤਰੀਕ ਕੀ ਹੈ ਨਿਰਜਲਾ ਕਾਸ਼ਤੀ ਨਿਰਜਲਾ ਕਾਸ਼ਤੀ ਜਿਹੜੀ ਹੈ ਇਹ ਨਿਰਜਲ ਜੀ ਨਾ ਆਇਆ ਬਿਨਾਂ ਜਲ ਦਾ ਵਰਤ ਰੱਖਣ ਦੀ ਗੱਲ ਹੈ ਕਈ ਲੋਕ 3 ਦਿਨ ਦਾ ਵਰਤ ਰੱਖਦੇ ਹਨ ਔਰ ਕਈ ਲੋਕ 2 ਦਿਨ ਦਾ ਵਰਤ ਰੱਖਦੇ ਹਨ ਇਹਦਾ ਤਰੀਕਾ ਇਹ ਹੁੰਦਾ ਕਿ ਅੱਜ ਜਿਵੇਂ ਕੱਲ੍ਹ ਨਿਰਜਲਾ ਕਾਸ਼ਤੀ ਹੈ ਤਾਂ ਅੱਜ ਲੋਕਾਂ ਇੱਕੋ ਵਕਤ ਦਾ ਖਾਣਾ ਖਾਣਾ ਤਾਂ ਕਿ ਕੱਲ੍ਹ ਜਿਸਲੇ ਸ਼ੁਰੂ ਹੈ ਦਿਨ ਤਾਂ ਉਹਦੇ ਪੇਟ 'ਚ ਕੋਈ ਦਾਣਾ ਅੰਨ ਰੋਵੇ ਨਹੀਂ ਉਹ ਪਚੀ ਪੁਚੀ ਜਾ ਇਸ ਵਾਸਤੇ ਰਾਤੀ ਦਾ ਖਾਣਾ ਨਹੀਂ ਖਾਣਾ ਔਰ ਦੂਏ ਦਿਨ ਨਾ ਪਾਣੀ ਪੀਣਾ ਨਾ ਕੁਛ ਖਾਣਾ ਔਰ ਫਿਰ ਜਿਲ੍ਹਾ ਰਾਤ ਹੋਈ ਹੈ ਤਾਂ ਵੀ ਨਹੀਂ ਖਾਣਾ ਫਿਰ ਅਗਲੇ ਦਿਨ ਜਿਲ੍ਹਾ ਸੂਰਜ ਚੜ੍ਹਿਆ ਤਾਂ ਖਾਣਾ ਕੋਈ ਇੱਕ ਤਪ ਹੈ ਔਰ ਜਿਹੜੇ ਲੋਕ ਭਗਵਾਨ ਦੇ ਪੁਜਾਰੀ ਨੇ ਔਰ ਖਾਸ ਕਰਕੇ ਬ੍ਰਾਹਮਣ ਲੋਕ ਜਿਹੜੇ ਹੁੰਦੇ ਇਹ ਇਸੀ ਤਪ ਕੀ ਕਰਦੇ ਹੈ ਇਹ ਇਹ ਇੱਕ ਤਕਲੀਫ ਸਹਿੰਦੇ ਹੈ ਆਪਣੀ ਆਪਣਾ ਜਿਸਮ ਜਿਹੜਾ ਅਸੀਂ ਪੁਖਤਾ ਕਰਦੇ ਹੈ ਆਪਣੇ ਇਰਾਦੇ ਪੁਖਤਾ ਕਰਦੇ ਹੈ ਆਪਣੇ ਆਪ ਕੀ ਮਜ਼ਬੂਤ ਕਰਦੇ ਹੈ ਔਰ ਆਖਿਆ ਗਿਆ ਕਿ ਜਿਹੜੀਆਂ 24 ਆਕਾਸ਼ਤੀਆਂ ਨੇ ਸਾਲ ਵਿੱਚ ਉਹਦੇ 'ਚ ਆਈ ਕਿ ਸਾਰਿਆਂ ਵੱਡੀ ਆਕਾਸ਼ਤੀ ਹੈ ਔਰ ਇਹਦੀ ਇਹਦੇ ਵਰਤ ਰੱਖਣੇ ਕਰਨਾ ਵਿਧੀ ਤਰੀਕੇ ਕਰਨਾ ਆਦਮੀ ਦੇ ਜਿਹੜੇ 10-12 ਸਾਲ ਦੇ ਜਿਹੜੇ ਉਹਦੇ ਕੁਕਰ ਹੋਣ ਜਾਂ ਅੱਛੇ ਕਰਮ ਨਹੀਂ ਹੈ ਉਹਦੇ ਕੋਲ ਗਲਤੀਆਂ ਹੋ ਜਾਂਦੀਆਂ ਨੇ ਜਾਂ ਪਾਪ ਕੀਤੇ ਨੇ ਉਹ ਝੁਲੀ ਜਿਹੜੇ ਜਾਣੀਏ ਬੁੱਝੀਆ ਪਾਪ ਕੀਤੇ ਨੇ ਉਹ ਤਾਂ ਭੁਗਤਣਾ ਹੀ ਪਾਉਣੇ ਨੇ ਲੇਕਿਨ ਜਿਹੜੇ ਅਣਜਾਣੇ ਚੋਂ ਜਾਂਦੇ ਨੇ ਉਹ ਉਹਦੇ ਉਹਨੇ ਉਹਦੇ ਕੋਲ ਨਿਵਰਿਤ ਹੋਣੇ ਦਾ ਪੀਸ਼ਾ ਛਡਾਉਣ ਦਾ ਇਹ ਇੱਕ ਪਰਬ ਹੈ ਔਰ ਇਹ ਪਰਬ ਮੈਂ ਇੰਨਾ ਆਖਾਂ ਕਿ ਪਰਬ ਜੁੜਦਾ ਸਾਡੀ ਧਰਤੀ ਕੰਨੇ ਸਾਡੇ ਪਰਿਆਵਰਨ ਕੰਨੇ ਇਹ ਦੋਵੇਂ ਪਰਬ ਔਰ ਜਿਹੜੀ ਨਿਰਜਲਾ ਕਾਸ਼ਤੀ ਹੈ ਉਹਦੇ 'ਚ ਵੀ ਘੜੇ ਮੰਚਦੇ ਨੇ ਲੋਕ ਉਹਦੇ 'ਚ ਲੇਕਿਨ ਉਹ ਜਿਹੜੀ ਧੰਦੇ ਹੈ ਉਹਦੇ 'ਚ ਗੁੜ ਵੀ ਮੰਚਦੇ ਹਾਂ ਅਸੀਂ ਆਟਾ ਵੀ ਮੰਚਦੇ ਹਾਂ ਲੇਕਿਨ ਇੱਥੇ ਖੰਡ ਅਤੇ ਦੁੱਧ ਔਰ ਦਲਸੀ ਜਿਹਾਂ ਤੁਸੀਂ ਦੇਖਿਆ ਹੋਣੀਆਂ ਉਹ ਬਣਾਈ ਹੈ ਉਹ ਪੀਂਦੇ ਨੇ ਲੋਕ ਲੱਸੀ ਬਣਾਈ ਹੈ ਦੁੱਧ ਦੀ ਔਰ ਇਹ ਤਿਹਾੜਾ ਜਿਹਾਂ ਮੈਂ ਆਖਿਆ ਸਾਡੇ ਪਰਿਆਵਰਨ ਕੰਨੇ ਜੁੜਦਾ ਹੈ ਧੰਦੇ ਸਾਡੀ ਧਰਤੀ ਕੰਨੇ ਜੁੜਦਾ ਹੈ ਔਰ ਇਹ ਸਾਡੇ ਪਿਤਰੇ ਦੀ ਯਾਦ ਕਰਨ ਦਾ ਇੱਕ ਮੌਕਾ ਹੈ ਔਰ ਇਹ ਤਿਉਹਾਰ ਜਿਹੜਾ ਹੈ ਆਪਸੀ ਭਾਈਚਾਰਾ ਵਧਾਉਂਦਾ ਹੈ ਸਾਡੇ ਰਿਸ਼ਤੇ ਕੀ ਮਜ਼ਬੂਤ ਕਰਦਾ ਹੈ ਸ਼ਰਮਾ ਸਾਹਿਬ ਤੁਸੀਂ ਬੜੀ ਡਿਟੇਲ 'ਚ ਸਮਝਾਇਆ ਜੀ ਧਰਮ ਦਿਹਾੜਾ ਵੀ ਅਤੇ ਸਾਰੇ ਪਰ ਸਾਡਾ ਜਿਹੜਾ ਆਈ ਜਾਈਏ ਮੈਂ ਉੱਥੇ ਗਿਆ ਆਉਂਦੀ ਹਾਂ ਕਿ ਜਿਹੜੀ ਸਾਡੀ ਨਵੀਂ ਪੌਂਦ ਹੈ ਜਿਹੜੇ ਸਾਡੇ ਬੱਚੇ ਨੇ ਉਹ ਕੀ ਜਾਣਦੇ ਨੇ ਇਹਦੇ ਬਾਰੇ 'ਚ ਕਿਆ ਉਹਨੇ ਘਰਾਂ ਕੌਣ ਲੋਕ ਹਨ ਉਹ ਮਤਲਬ ਉਹਦੀ ਰਿਸਪੋਂਸੀਬਿਲਿਟੀ ਹੈ ਯਸ਼ੋ ਰਿੰਗੀ ਵੀ ਪੁੱਛਣ ਦੀ ਕੋਸ਼ਿਸ਼ ਕਰਦੀ ਕਿ ਤੁਸੀਂ ਦੱਸੋ ਕਿਉਂਕਿ ਸਾਡਾ ਬੇਸਿਕਲੀ ਅਸੀਂ ਬੈਠੇ ਅੱਜ ਗੱਲਾਂ 'ਤੇ ਇਹ ਕਰਾ ਦੇਈਏ ਬਿਲਕੁਲ ਤੁਹਾਡੀ ਗੱਲ ਠੀਕ ਹੈ ਹਾਂਜੀ ਸਾਡੇ ਪਰਬ ਤਿਉਹਾਰ ਜਿਹੜੇ ਸਾਡੇ ਸੰਸਕਾਰਾਂ ਕੰਨ ਜੁੜੇ ਹੋਏ ਸਾਡੇ ਪਰਬ ਤਿਉਹਾਰ ਜਿਹੜੇ ਸਾਡੇ ਸੰਸਾਰਾਂ ਨੂੰ ਜੁੜੇ ਹੋਏ ਔਰ ਹਰ ਪਰਬ ਜਿਹੜਾ ਕੋਈ ਨਾ ਕੋਈ ਸੁਨੇਹਾ ਦਿੰਦਾ ਹਰ ਪਰਬ 'ਚ ਕੋਈ ਮੈਸੇਜ ਛੁਪੇਗਾ ਜਿਹੜੇ ਬੱਚੇ ਨੇ ਅੱਜ ਅਸ ਪਲਾਸਟਿਕ ਦੇ ਯੁੱਗ 'ਚ ਜੀਆ ਕਰਦੇ ਹਾਂ ਪਲਾਸਟਿਕ ਯੁੱਗ 'ਚ ਅਸ ਜੀਆ ਕਰਦੇ ਹਾਂ ਸਾਡੇ ਘਰ ਪਲਾਸਟਿਕ ਦੇ ਕੈਂਪਰ ਬਣੇ ਸਾਡੇ ਘਰ ਪਲਾਸਟਿਕ ਦੇ ਜਿਹੜੇ ਭਾਂਡਣ ਹੈ ਦੇਖੋ ਨਾ ਕਿੰਨੇ ਕਿੰਨੀਆਂ ਕੁੜੀਆਂ ਜਿਹਦੇ ਘਰ ਘੜੇ ਦਿੱਤੇ ਹੋਣੇ ਮਾਂ ਪਿਓ ਨੂੰ ਸਾਡੀ ਮਿੱਟੀ ਦੀ ਉਪਜ ਸੀ ਉਸ ਮਿੱਟੀ ਕਰਨੇ ਅਸ
ਦਾਨ ਕਰਦੇ ਦਾਨ ਲੱਗਦਾ ਵੀ ਹੈ। ਜੇ ਜਿਹੜੇ ਲੋਕ ਬ੍ਰਾਹਮਣੀ ਨਹੀਂ ਦਾਨ ਕਰਦੇ ਨਾ ਘੜੇ, ਉਹ ਬ੍ਰਾਹਮਣੀ ਕੋਈ ਜਾਂਦੇ, ਜਿਹਦੇ ਬ੍ਰਾਹਮਣੀ ਨਹੀਂ ਦਿੰਦੇ ਹਨ ਉਹ ਮੰਦਰ ਜਾਈ ਚਾੜੀ ਆਉਂਦੇ, ਮੰਦਰ 'ਚ ਵੀ ਜਾਜਾਕਾਰ ਹੁੰਦੀ ਔਰ ਮੰਦਰ 'ਚ ਵੀ ਬਦਲਾਉਣ ਹੁੰਦੀ ਇਸ ਚੀਜ਼ ਦੀ। ਅੱਛਾ, ਜਿਹੜਾ ਬੰਦਾ ਜ਼ਿਆਦਾ ਇਹ ਕੁੜੀਆਂ ਦੇ ਕੰਨੇ ਇੰਨਾ ਜੁੜਿਆ ਤਿਉਹਾਰ ਹੈ ਕਿ ਪਹਿਲੇ ਤੁਸੀਂ ਦੱਸਾਂ, ਪਹਿਲੇ ਜਿਵੇਂ ਪੜਦੇ ਪੱਖੀ ਦਿੰਦੇ ਨਾ ਕੁੜੀਆਂ ਕੀ, ਕੋਈ ਬਾਟੀ ਦੀ ਉੜੀ, ਕੋਈ ਘੜਾ ਦੀ ਉੜਿਆ, ਲੇਕਿਨ ਕੁੜੀਆਂ ਕੀ ਖਾਸ ਤੌਰ ਪਿੱਤਲ ਦੀ ਗਾਗਰ ਜਾਂ ਬਟੋਈ ਦਿੰਦੇ, ਕਿਉਂਕਿ ਘੜਾ ਤਾਂ ਰਿਹਾ ਸਾਡੇ ਦੁਨੀਆਂ ਵਾਸਤੇ, ਲੇਕਿਨ ਆਪਣੇ ਉਸ ਘਰ ਦੀ ਸ਼ਾਨ ਵਧੇ ਅਤੇ ਕੁੜੀ ਦਾ ਮਾਨ ਸਮਾਨ ਵਧੇ, ਉਹ ਗਾਗਰ ਲਈ ਜਾਂਦੇ ਜਾਂ ਬਟੋਈ ਲਈ ਜਾਂਦੇ। ਫਿਰ ਕੰਨੇ ਅੱਜ ਕੱਲ੍ਹ ਜਿਹਾ ਜ਼ਮਾਨਾ ਬਦਲਦਾ ਗਿਆ, ਡੋਲ ਆਈ, ਬਾਲਟੀ ਆਈ, ਕੈਂਪਰ ਆਈਏ, ਕੋਈ ਨਾ ਕੋਈ ਚੀਜ਼ ਜਿਹੜੀ ਹੈ ਕੁੜੀ ਦੇ ਘਰ ਕੰਮ ਆਈ ਜਾ ਅਤੇ ਉਹ ਕੁੜੀ ਨੂੰ ਦਿੰਦੇ। ਇਹ ਦਾਨ ਦਾ ਤਿਉਹਾਰ ਹੈ, ਦਾਨ ਦਾ ਅਤੇ ਸਲਾਮ ਦਾ ਤਿਉਹਾਰ, ਦੋਨੇ ਚੀਜ਼ਾਂ। ਲੇਕਿਨ ਸਾਡੇ ਬੱਚੇ ਦੀ ਇਸ ਚੀਜ਼ ਦਾ ਪਤਾ ਨਹੀਂ ਹੈ, ਆਹ ਸਭ ਨੂੰ ਗੱਲ ਕਰਦੇ ਬੱਚੇ ਕਹਿੰਦੇ ਬੱਚੇ ਕਿਵੇਂ ਪਤਾ ਲੱਗਣਾ। ਬਿਲਕੁਲ ਸਾਡੇ ਘਰ ਦੀ ਇਲਾਜ ਕਰਨੇ ਆ, ਮੀਂਹ ਪਤਾ ਕਿ ਸਾਡੇ ਤੰਬੇ ਦੂਸੀ ਦੀ ਆਹ ਸੋਹਣੀ ਮਨਾਉਂਦੇ, ਲੇਕਿਨ ਅਨਰਜਲ ਕਾਸ਼ਤੀ ਵੀ ਪੂਰਾ ਪੇਸ਼ ਕਰਨੇ ਆ। ਸਾਡੇ ਪਹਿਲੇ ਜਿਹੜੇ ਸਾਡੇ ਪਿੱਤਰ ਨੇ ਅਸੀਂ ਉਹਦੇ ਨਾਂ ਦੇ ਗਲਾਸ ਵੀ ਪੂਜਦੇ ਹਾਂ, ਆਪਣੇ ਕੁਲ ਦੇਵੀ ਦੇ ਨਾਂ ਦਾ ਉਹ ਪੂਜਦੇ ਗਲਾਸ ਜਾਂ ਫਲ ਫਰੂਟ ਜਿਹੜਾ ਉਹ ਚਾਰੇ ਹੁੰਦੇ। ਫਿਰ ਅਸੀਂ ਸਾਰੇ ਜੀ ਉਹ ਜਿਹਦੇ ਨੂੰ ਨਾਂ ਦਾ ਹੁੰਦਾ ਨਾ, ਅਸੀਂ ਜਿੰਨੇ ਜਿਹੜੇ ਡੋਲ ਵਗੈਰਾ ਜੋ ਹੋਣ, ਆਪਣੀ ਸਿਸਟਰ ਵੱਡੀ ਉਹ ਜਿਹਦੀ ਕੁੜੀਆਂ ਨਵ ਵਿਆਹ ਦੇ ਵਾਸਤੇ, ਇਹ ਬੜਾ ਵੱਡਾ ਤਿਉਹਾਰ। ਅੱਜ ਲੋਕ ਏ ਸੀ ਦੇਣ ਲੈ ਪੈਂਦੇ, ਅੱਜ ਲੋਕ ਕੂਲਰ ਲੈ ਕੇ ਦਿੰਦੇ ਆ, ਅੱਜ ਕੱਲ੍ਹ ਲੋਕ ਬਿਜਲੀ ਦੇ ਪੱਖੇ ਲੈ ਪੈਂਦੇ ਨੇ, ਜਾਣੀ ਕਿ ਪੱਖੀ ਕੋਲ ਪੱਖਾ ਚੱਲੀ ਆ, ਏ ਸੀ ਚੱਲੀ ਆ। ਭਾਈ ਦਿਨ ਦਿਨ ਲੋਕ ਵਧਾਉਂਦੇ ਏ ਸੀ ਧਾਰ ਗਏ, ਲੇਕਿਨ ਸ਼ਹਿਰਾਂ 'ਚ ਅੱਜ ਇਹ ਵੀ ਥੋੜ੍ਹਾ ਬਹੁਤ ਚੱਲਦਾ, ਗ੍ਰਾਮ 'ਚ ਤਾਂ ਮਤਾ ਚੱਲਦਾ ਹੈ, ਲੇਕਿਨ ਸ਼ਹਿਰਾਂ 'ਚ ਇਹ ਸ਼ਹਿਰ ਇਹ ਦਿਨ ਤਿਉਹਾਰ ਆਉਂਦਾ ਅਤੇ ਅਸੀਂ ਕਰਨਾ ਅਤੇ ਬੱਚੇ ਵੀ ਨਹੀਂ ਪੁੱਛਦੇ ਹਨ ਕਿ ਇਹਦੇ ਪਿੱਛੇ ਇਹਦਾ ਮਹੱਤਵ ਕੀ ਹੈ, ਅਤੇ ਨਾ ਸਾਡੀ ਲਾੜੀਆਂ ਹੀ ਪਤਾ, ਜਿਹੜੇ ਪੁਰਾਣੇ ਲੋਕ ਨਾ ਉਹਨਾਂ ਦੀ ਕਿਸ਼ ਨਾ ਕਿਸ਼ ਪਤਾ ਹੈ। ਪਰ ਇਹ ਗਲਤੀ ਕੁਦੀ ਹੈ, ਨਹੀਂ ਤੋਹੇ ਤੋਹੇ ਜਿਹੜੀ ਤੋਹੇ ਜਿਹੜੀ ਗੱਲ ਚਕੋਦੀ ਪੁੱਛੀ ਕਿ ਸਾਡੇ ਬੱਚੇ ਕਿਆ ਕਿੰਨੇ ਕਰਦੇ ਨੇ ਸਾਡੇ ਤਿਉਹਾਰਾਂ ਕੋਲ, ਇਹੋ ਕੁਛ ਆਖਿਆ। ਮੈਂ ਇਹਦੇ ਵਾਸਤੇ ਆਖਣਾ ਤੁਸੀਂ ਦੱਸਾਂ ਕਿ ਸਾਡਾ ਰੁਝਾਨ ਪੱਛਮੀ ਤਹਿਜੀਬ ਜਿਹੜੀ ਹੈ ਉਹਦੀ ਤਰਫ, ਉਹ ਇਸ ਕਰੀਏ ਵੀ ਹੈ ਕਿ ਵਿਗਿਆਨ ਦੀ ਬੜੀ ਤਰੱਕੀ ਹੋਈ ਪੱਛਮ 'ਚ, ਤਕਨੀਕ ਜਿਸਦੀ ਟੈਕਨੋਲੋਜੀ ਆਉਣੀ ਉਹਦੀ ਬੜੀ ਤਰੱਕੀ ਹੋਈ, ਔਰ ਉਸ ਸ਼ੈਲੀ 'ਚ ਅਸੀਂ ਅਪਣਾਇਆ, ਅਪਣਾਉਣਾ ਵੀ ਪਾਉਣਾ। ਦੁਨੀਆ ਛੋਟੀ ਹੋਈ ਜਿਸੀ ਅਸੀਂ ਆ ਗਏ ਇੱਕ ਗ੍ਰਾਮ ਬਣੀ ਗਈ, ਗਲੋਬਲ ਵਿਲੇਜ ਜਿਸ ਅੰਗਰੇਜ਼ੀ 'ਚ ਅਸੀਂ ਆ ਗਏ, ਔਰ ਉਸ ਤਰੀਕੇ ਕਨੇ ਪੜ੍ਹਾਈ ਦਾ ਜਿਹੜਾ ਤਰੀਕਾਕਾਰ ਹੈ ਉਹ ਵੀ ਥੋੜ੍ਹਾ ਜਿਹਾ ਬਦਲਿਆ, ਲੋਕਾਂ ਬੱਚਿਆਂ ਦੀ ਜਿਹੜੀ ਸੋਚ ਹੈ ਉਹ ਵੀ ਬਦਲੀ ਹੈ ਉਹਦੇ ਕਨੇ। ਲੇਕਿਨ ਇੱਕ ਚੀਜ਼ ਅਗਰ ਸਾਡੇ ਬੱਚੇ ਖਿੰਡੇ ਕਰਦੇ ਨੇ ਉਹਦੇ 'ਚ ਦੋ ਚਾਰ ਉਹਦਾ ਕੁਝ ਕਸੂਰ ਤੁਹਾਨੂੰ ਪੁੱਛਿਆ ਹੁੰਦਾ ਹੈ, ਸਾਰਿਆਂ ਕੋਲ ਪਹਿਲਾਂ ਹੈ ਮਾਂ ਬਾਪ ਦਾ ਕਸੂਰ ਹੈ, ਪੇਰੈਂਟਸ ਦਾ ਕਸੂਰ ਹੈ। ਉਹ ਇਸ ਕਰੀ ਹੈ ਕਿ ਅਗਰ ਅਸੀਂ ਉਹਦੇ 'ਚ ਸੰਸਕਾਰ ਪਾਉਣੇ ਦੀ ਗੱਲ ਕਰਦੇ ਹਾਂ, ਤਾਂ ਸੰਸਕਾਰ ਸਾਡੇ ਸਾਡੀ ਧਰਤੀ ਕੰਨੇ ਜੁੜੇ ਦੇ ਨੇ, ਸਾਡੇ ਪਰਵੇ ਕੰਨੇ ਜੁੜੇ ਦੇ ਨੇ, ਸਾਡੀ ਸੰਸਕ੍ਰਿਤੀ ਕੰਨੇ ਜੁੜੇ ਦੇ। ਉਹਦੇ ਬਾਰੇ 'ਚ ਅਸੀਂ ਉਹਨੇ ਕੀ ਠੀਕ ਤਰੀਕੇ ਕਰਨਾ ਅਗਾਹ ਨਹੀਂ ਕਰੀ ਸਕੇ ਕਰਦੇ, ਔਰ ਮੈਂ ਇਹ ਆਖਾਂ ਕਿ ਹੁਣ ਚਲੋ ਨਹੀਂ ਹੈ ਉਹ ਖਿੰਡੇ ਦੇ ਨਹੀਂ ਸੀ, ਦਰੁਸਤ ਕੀਆਂ ਕਰਨਾ। ਗੱਲ ਇਹ ਪਹਿਲੀ ਗੱਲ ਇਹ ਹੈ ਕਿ ਮੈਂ ਜਿੰਨੇ ਵੀ ਸਾਡੇ ਨੌਜਵਾਨ ਨੇ ਨਵੇਂ ਬੱਚੇ ਨੇ ਉਹਨੇ ਕਿ ਮੈਂ ਇੱਕ ਨਿਵੇਦਨੀ ਸਮਝ ਲਓ ਅੱਛੀ ਗੱਲ ਵਾਸਤੇ ਕਰਾਂ ਕਿ ਉਹ ਤਿੰਨ ਚੀਜ਼ਾਂ ਕਰਨ, ਆਪਣਾ ਇਤਿਹਾਸ ਪੜ੍ਹ ਡੁੱਗਰ ਦਾ, ਆਪਣਾ ਭੂਗੋਲ ਜਿਹੜਾ ਹੈ ਉਹ ਪੜ੍ਹਨ, ਔਰ ਸਾਡਾ ਜਿਹੜਾ ਸਾਹਿਤ ਹੈ ਚਾਹੇ ਉਹ ਲੋਕ ਸਾਹਿਤ ਹੈ, ਲੋਕ ਸੰਗੀਤ ਹੈ ਜਾਂ ਲਿਖਿਤ ਸਾਹਿਤ ਹੈ ਉਹ ਪੜ੍ਹਨ, ਔਰ ਜਿਸ ਵੇਲੇ ਉਹ ਪੜ੍ਹਨ
ਇਤਿਹਾਸ ਵਿੱਚ ਅਗਰ ਉਹ ਸੈਨਿਕ ਪੱਖ ਦੇਖਣ, ਅਗਰ ਉਹ ਅਧਿਆਤਮਿਕ ਪੱਖ ਦੇਖਣ, ਅਗਰ ਉਹ ਭੂਗੋਲਿਕ ਪੱਖ ਵੀ ਦੇਖਣ ਕਿ ਸਾਡੀ ਧਰਤੀ ਕਿੰਨੀ ਸੁੰਦਰ ਹੈ, ਤਾਂ ਉਹਨੇ ਕੀ ਇੱਕ ਗਰਵ ਪੈਦਾ ਹੋ ਔਰ ਉਹਨੇ ਕੀ ਜਿਹੜਾ ਗਰਵ ਹੈ ਉਹ ਬੜੀ ਉੱਚਾਈ ਤੱਕ ਲਈ ਆ ਉਹਨੇ ਕੀ ਉੱਪਰ। ਸ਼ਰਮਾ ਸਾਹਿਬ ਤੁਹਾਡੀ ਗੱਲ ਬਿਲਕੁਲ ਠੀਕ ਹੈ, ਇਹਦਾ ਕਾਰਨ ਇਹ ਕਿ ਅਸੀਂ ਮਾਡਰਨ ਹੋਆ ਕਰਦੇ ਹਾਂ, ਅਸੀਂ ਮਾਡਰਨ ਵੀ ਉੱਚੇ, ਲੇਕਿਨ ਅਸੀਂ ਆਪਣੇ ਸੰਸਕਾਰ ਉਹ ਮੈਂ ਆਖਿਆ ਨਾ, ਉਹ ਮੈਂ ਇਹ ਆਖਣਾ ਚਾਹੁੰਦਾ ਕਿ ਮਾਂ ਪਿਓ ਕੀ ਚਾਹੀਦਾ ਹੈ, ਅਸੀਂ ਬੱਚੇ ਕੀ ਇਹ ਆਖਚਾ, ਅਸੀਂ ਬੱਚੇ ਕੀ ਇਹ ਆਖਚਾ ਕਿ ਤੁਸੀਂ ਅਗਰ ਕੱਪੜੇ ਨਾ ਤੁਸੀਂ ਜੀਨਸ ਵੀ ਪਾਓ, ਟਾਪਸ ਵੀ ਪਾਓ, ਜੋ ਪਾਉਣਾ ਪਾਓ, ਲੇਕਿਨ ਹਫ਼ਤੇ 'ਚ ਇੱਕ ਵਾਰੀ ਜੋੜਾ ਲਾਬਾ ਲਾਓ ਕਿ ਤੁਸੀਂ ਤੁਹਾਡੀ ਪਛਾਣ ਜਿਹੜੀ ਪਰਿਵਾਰੇ ਕੀ ਸੁਚੇਤ ਕਰਨ ਦੀ ਜ਼ਰੂਰਤ ਹੈ। ਔਰ ਪਹਿਲਾਂ ਮੈਂ ਜਿਹਾ ਆਹਵਾਨ ਕੀਤਾ ਬੱਚੇ ਕੀ ਕਿ ਆਪਣਾ ਭੂਗੋਲ ਪੜ੍ਹੋ, ਆਪਣੀ ਆਪਣੀ ਇਤਿਹਾਸ ਪੜ੍ਹੋ, ਨਹੀਂ ਉਹਦੇ ਕਰਨੇ ਉਹਨੇ ਗਰਵ ਹੋ ਗਿਆ, ਉਹਨੇ ਕੀ ਪਤਾ ਹੀ ਨਹੀਂ ਹੈ, ਉਹਨੇ ਕੀ ਅਨੁਪਮਾ ਜੀ ਪਤਾ ਹੀ ਨਹੀਂ ਹੈ ਕਿ ਸਾਡਾ ਇਤਿਹਾਸ ਕੀ ਹੈ। ਜਿਸਲੇ ਉਹ ਇਤਿਹਾਸ ਪੜ੍ਹਦੇ ਨਾ ਉਹਦਾ ਸਰ ਗਰਵ ਕਰਨਾ ਹੈ ਚਹੋਈਆ, ਔਰ ਉਹ ਵੀ ਉਹਨਾਂ ਕੀ ਪਤਾ ਲੱਗ ਕਿ ਸਾਡੀ ਵਿਰਾਸਤ ਹੈ, ਇੰਨੀ ਅਮੀਰ ਵਿਰਾਸਤ ਹੈ, ਐਸੇ ਐਸੇ ਲੋਕ ਇੱਥੇ ਪੈਦਾ ਹੋਏ ਨੇ, ਅਧਿਆਤਮ ਪੱਖ ਸਾਡਾ ਇਹ ਹੈ। ਜਿਸਲੇ ਉਹ ਯਾਦ ਉਹ ਚਾਰਜ ਹੋਈ ਜਾਂਦੇ ਪੂਰੇ, ਔਰ ਉਹਦੇ ਬਾਅਦ 'ਚ ਜਿਹੜੇ ਸ਼ਹਿਰਾਂ ਵਿੱਚ ਲੋਕ, ਮਿਗੀ ਮੈਂ ਸਮਝਣਾ ਕਿ ਜੀ ਨਰਾੜਿਆਂ ਦਾ ਇਹ ਪਰਬ ਸ਼ੁਰੂ ਆ, ਉਹਨੇ ਕੀ ਅਗਰ ਰੋਜ਼ ਨਹੀਂ ਉੱਥੇ ਇੱਕ ਮਹੀਨਾ ਲਈ ਜਾ ਸਕਦੇ ਰਹੀ ਸਕਦੇ ਬੱਚੇ, ਉਹਨੇ ਕੀ ਐਤ ਐਤਵਾਰ ਲਈ ਆ, ਕਮ ਸੇ ਕਮ ਜਿਸ ਦਿਨ ਉੱਥੇ ਚਿੱਤਰਦੇ ਨਰਾੜੇ ਕੀ, ਅਗਰ ਰਾੜੇ ਦੀ ਗੱਲ ਕਰਚਾ ਉੱਥੇ ਧਾਮ ਭੋ ਜਿਹੜੀ ਹੈ, ਤਾਂ ਉਹਨੇ ਕੀ ਉਹਦੇ ਕੰਨੇ ਪਤਾ ਲੱਗ ਕਿ ਇਹ ਕਿਸ ਤਰੀਕੇ ਕੰਨੇ ਹੁੰਦਾ ਹੈ। ਔਰ ਸ਼ਾਮ ਨੂੰ ਹੁਣ ਬੱਚੇ ਕੰਨੇ ਉਹ ਜਿਹੜਾ ਖਲਾ ਇੱਕ ਸ਼ਹਿਰੀ ਗ੍ਰਾਮ ਬੱਚਿਆਂ ਦੇ ਗ੍ਰਾਈਂਡ ਬੱਚਿਆਂ ਦੇ ਵਿੱਚ ਪੈਦਾ ਹੋਏ ਦਾ, ਉਹ ਖਲਾ ਵੀ ਦੂਰ ਹੋ ਗਏ, ਉਹ ਆਪਣੇ ਆਪ ਕੀ ਇੱਕ ਸਮਝਣ, ਡੋਗਰੇ ਸਮਝਣ, ਇੱਕ ਗੱਲ ਤੇ ਇਹ ਹੋਣੀ ਚਾਹੀਦੀ ਉਹਦੇ ਵਿੱਚ। ਬਾਕੀ ਅਸੀਂ ਬੱਚੇ ਕੀ ਆਖਣਾ ਚਾਹੀਦਾ, ਸਾਡੇ ਬੱਚੇ ਇੰਨੇ ਕਾਬਲ ਹੋਣੇ ਚਾਹੀਦੇ, ਇੰਨੀਆਂ ਭਾਸ਼ਾ ਆਉਣੀਆਂ ਚਾਹੀਦੀਆਂ, ਇੰਨੇ ਵਿਗਿਆਨ ਔਰ ਤਕਨੀਕ ਨਾਲ ਜੁੜੇ ਦੇ ਹੋਣੇ ਚਾਹੀਦੇ ਕਿ ਅਮਰੀਕਾ 'ਚ ਇੱਕ ਅਗਰ ਆਸਾਮੀ ਇੰਜੀਨੀਅਰ ਦੀ ਮਿਲਦੀ ਹੈ ਤਾਂ ਉਹਦੇ ਵਾਸਤੇ ਉਹਨੇ ਕੰਪੀਟ ਹੋਣੇ ਦੀ ਸ਼ਮਤਾ ਹੋਣੀ ਚਾਹੀਦੀ, ਲੇਕਿਨ ਆਪਣੀ ਡੋਗਰੀ ਮਾਤਰ ਭਾਸ਼ਾ ਨਹੀਂ ਭੁੱਲਣੀ ਚਾਹੀਦੀ। ਉਹ ਨਹੀਂ ਭੁੱਲਣ ਜਿਸਲੇ ਉਹ ਆਪਣਾ ਇਤਿਹਾਸ ਪੜ੍ਹਦੇ ਹਨ, ਉਹਨੇ ਗੌਰਵਸ਼ਾਲੀ ਬਣਨ, ਔਰ ਮਾਂ ਪਿਓ ਕੀ ਇਹ ਆਖਣਾ ਚਾਹੀਦਾ ਕਿ ਬੱਚੇ ਜਿਹੜੇ ਅਗਰ ਡੋਗਰੀ ਨਹੀਂ ਵੀ ਬੋਲਦੇ ਹਨ ਪਹਿਲਾਂ, ਉਹ ਮਾਂ ਬਾਪ ਬੋਲਣ ਘਰੇ 'ਚ ਡੋਗਰੀ, ਉਹਦਾ ਪ੍ਰਭਾਵ ਹੁੰਦਾ ਆ। ਔਰ ਜਿਹੜੇ ਬੱਚੇ ਬਾਹਰ ਕਿਸੇ ਤਰੀਕੇ ਨਾਲ ਪੜ੍ਹਨ ਗਏ ਰਹੇ, ਡੋਗਰੀ ਕੰਨੇ ਜੁੜੇ ਦੇ ਨਹੀਂ ਰਹੇ, ਉਹ ਲੋਕ ਜਿਹੜੇ ਨੇ ਬੱਚੇ ਜਿਹੜੇ ਨੇ ਉਹ ਡੋਗਰੀ ਸਿੱਖਣ। ਮੈਂ ਬੜੇ ਬੱਚੇ ਦੇਖੇ ਨੇ ਜਿਹਨੇ ਡੋਗਰੀ 20-22 ਸਾਲ 'ਚ ਸਿੱਖੀ ਹੈ, ਆਪਣੀ ਧਰਤੀ ਕੰਨੇ ਜੁੜੇ ਨੇ, ਉਹਨੇ ਕੀ ਪਿਆਰ ਹੋਇਆ ਹੈ। ਔਰ ਇਸ ਤਰੀਕੇ ਕੰਨੇ ਅਸੀਂ ਆਪਣੀ ਪਛਾਣ ਨਹੀਂ ਗਾਉਣੀ ਚਾਹੀਦੀ। ਅਗਰ ਅਸੀਂ ਆਪਣੀ ਧਰਤੀ ਕੰਨਾ ਕਟੋਈ ਅੱਗੇ, ਪਰਿਆਵਰਨ ਕੰਨੇ ਕਟੋਈ ਅੱਗੇ, ਭਾਸ਼ਾ ਕੰਨੇ ਕਟੋਈ ਅੱਗੇ, ਸੰਸਕ੍ਰਿਤੀ ਕੰਨੇ ਕਟੋਈ ਅੱਗੇ, ਤਾਂ ਅਸੀਂ ਆਪਣੀ ਪਛਾਣ ਗੁਆਈ ਲੱਗੇ, ਉਹਦਾ ਕੋਈ ਮੁੱਲ ਨਹੀਂ ਹੈ। ਔਰ ਇਹ ਪਰਬ ਤਿਉਹਾਰੇ ਸੰਸਕ੍ਰਿਤੀ ਜਜ਼ਬਾਤ ਪੈਦਾ ਕਰਦੀ ਹੈ ਸਾਡੇ 'ਚ, ਔਰ ਆਦਮੀ 'ਚ ਜਜ਼ਬਾਤ ਮਾਈਨਸ ਕਰਦੇ ਉਹ ਮਸ਼ੀਨ ਹੋ ਜਾਂਦੀ, ਤਾਂ ਅਸੀਂ ਮਸ਼ੀਨ ਨਹੀਂ ਬਣਨਾ ਚਾਹੁੰਦੇ। ਮੈਂ ਹੁਣ ਬੜੀ ਦੇਰ ਦੇ ਚੁੱਪ ਬੈਠੇ ਰਹੇ ਔਰ ਸੁਣਾ ਦੇ ਸਾਡੀਆਂ ਸਾਰੀਆਂ ਗੱਲਾਂ, ਕਿਉਂਕਿ ਨਵੀਂ ਡੋਗਰੀ ਸੰਸਥਾ ਦੇ ਪ੍ਰਧਾਨ, ਮੈਂ ਇਹ ਪੁੱਛਣਾ ਚਾਹੁੰਦੀ ਹਾਂ ਕਿ ਤੁਸੀਂ ਕਿ ਬੋਲ ਗਏ ਇਹਦੇ ਬਾਰੇ 'ਚ? ਮੈਂ ਆਖਣਾ ਚਾਹਾਂ ਜੀ, ਕੈਪਟਨ ਸਾਹਿਬ ਨੂੰ ਬੜੀ ਅੱਛੀ ਗੱਲ ਕੀਤੀ ਹੈ, ਯਸ਼ ਨੂੰ ਬੜੀ ਅੱਛੀ ਗੱਲ ਕੀਤੀ ਹੈ, ਅਨੁਭਵ ਨੂੰ ਬੜੀ ਅੱਛੀ ਗੱਲ ਕੀਤੀ ਹੈ। ਮੈਂ ਇੱਕ ਚੀਜ਼ ਚਾਹੁੰਦਾ ਯੁਵ ਪੀੜ੍ਹੀ ਵਾਸਤੇ ਕਿ ਸਾਡੇ ਜਿਹੜੇ ਡੁੱਗਰ ਦੇ ਪਰਬ ਨੇ, ਇਹ ਸਾਨੂੰ ਮਨਾਉਣਾ ਚਾਹੀਦਾ ਨੇ, ਹਮੇਸ਼ਾ ਮਨਾਉਣਾ ਚਾਹੀਦਾ ਨੇ, ਇਹਦੇ ਵਾਸਤੇ ਕੰਮ ਸਾਨੂੰ ਕਰਨਾ ਚਾਹੀਦਾ, ਲਗਾਤਾਰ ਕੰਮ ਕਰਨਾ ਚਾਹੀਦਾ। ਸਾਰਾ ਕੰਮ ਕਰਨਾ ਚਾਹੁੰਦੇ ਹਾਂ,
ਜਿਹੜਾ ਸ਼ਰਮਾ ਸਾਹਿਬ ਨੇ ਆਖਿਆ, ਜਿਹੜਾ ਕੈਪਟਨ ਯਸ਼ਵਰ ਨੇ ਆਖਿਆ, ਤੁਸੀਂ ਆਖਿਆ, ਆਹ ਸਾਰਾ ਕੰਮ ਕਰਨਾ ਚਾਹੁੰਦੇ ਹਾਂ, ਲੇਕਿਨ ਤੁਹਾਨੂੰ ਬਹੀਏ ਗੱਲ ਕਰਨੇ ਕਿ ਬਹੀਏ ਜੇ ਅੱਜ ਬੈਠੇ ਹਾਂ ਹੁਣ 2-3 ਮਿੰਟ ਹੋ ਗਏ, ਸਾਰੀ ਗੱਲ ਡਿਸਕਸ ਕਰਕੇ ਫਿਰ ਸਾਰਾ ਕੰਮ ਕਰੀਏ, ਅਸੀਂ ਕੰਮ ਕਰੀਏ ਜਿਹੜੇ ਵੀ ਸਾਡੇ ਤਿਆਰ ਆਵਾ ਕਰਦੇ ਨੇ, ਥੋੜੀ ਜਾਣਕਾਰੀ ਜਿਹੜੀ ਹੈ ਬੱਚੇ ਤੱਕ ਅਸੀਂ ਇਸ ਮੀਡੀਆ ਦੇ ਜ਼ਰੀਏ ਪਹੁੰਚਾ ਕੇ ਆਪਣੀ ਤਰਫਾ ਬੱਚੇ ਗੀ ਉਹਦੇ ਚ ਇੰਟਰਸਟ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਕੇ, ਔਰ ਅਸ ਬੱਚੇ ਗੀ ਦੱਸਗੇ ਅਗਰ ਅਸੀਂ ਕਰੀ ਸਕਦੇ ਤੇ ਬੜੀ ਵੱਡੀ ਸੇਵਾ ਹੋਵੇ। ਤੁਹਾਡਾ ਸਾਰਿਆਂ ਦਾ ਅੱਜ ਬੜਾ ਬੜਾ ਧੰਨਵਾਦ ਹੈ ਕਿ ਤੁਸੀਂ ਆਏ, ਔਰ ਤੁਸੀਂ ਮਾਂ ਬੋਲੀ ਡੋਗਰੀ ਵਾਸਤੇ ਜਿਹੜਾ ਤੁਹਾਡਾ ਕੰਸਰਨ ਹੈ ਔਰ ਜਿਹੜਾ ਤੁਹਾਡਾ ਤੁਸੀਂ ਡੋਗਰੀ ਵਾਸਤੇ ਕਰਨਾ ਚਾਹੁੰਦੇ ਹੋ ਉਹਦੇ ਬਾਰੇ 'ਚ ਅੱਜ ਅਸੀਂ ਬਈਏ ਇੱਕ ਬੜਾ ਗੰਭੀਰ ਵਿਸ਼ੇ ਦੇ ਬਾਰੇ 'ਚ ਅਸੀਂ ਗੱਲਬਾਤ ਕੀਤੀ। ਸ਼ੁਕਰੀਆ ਬੜਾ ਬੜਾ ਤੁਹਾਡਾ, ਧੰਨਵਾਦ।